ਗੁਰਪੁਰਬ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਰਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਿਆਂ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ। ਹਰ ਇਨਸਾਨ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਡਭਾਗੀ ਸਮਝਦਾ। ਤੋ ਅੱਜ ਬੜਾ ਸਕੂਨ ਮਿਲਿਆ, ਮਹਾਰਾਜ ਦੇ ਦਰਸ਼ਨ ਹੋਏ ਸਵੇਰੇ ਸਵੇਰੇ। ਗੁਰਪੁਰਬ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਰਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਿਆਂ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ। ਹਰ ਇਨਸਾਨ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਡਭਾਗੀ ਸਮਝਦਾ। ਤੋ ਅੱਜ ਬੜਾ ਸਕੂਨ ਮਿਲਿਆ, ਮਹਾਰਾਜ ਦੇ ਦਰਸ਼ਨ ਹੋਏ ਸਵੇਰੇ ਸਵੇਰੇ। ਗੁਰਪੁਰਬ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਰਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਿਆਂ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ। ਹਰ ਇਨਸਾਨ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਡਭਾਗੀ ਸਮਝਦਾ। ਤੋ ਅੱਜ ਬੜਾ ਸਕੂਨ ਮਿਲਿਆ, ਮਹਾਰਾਜ ਦੇ ਦਰਸ਼ਨ ਹੋਏ ਸਵੇਰੇ ਸਵੇਰੇ। ਗੁਰਪੁਰਬ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਰਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਿਆਂ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ। ਹਰ ਇਨਸਾਨ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਡਭਾਗੀ ਸਮਝਦਾ। ਤੋ ਅੱਜ ਬੜਾ ਸਕੂਨ ਮਿਲਿਆ, ਮਹਾਰਾਜ ਦੇ ਦਰਸ਼ਨ ਹੋਏ ਸਵੇਰੇ ਸਵੇਰੇ। ਗੁਰਪੁਰਬ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਰਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਿਆਂ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ। ਹਰ ਇਨਸਾਨ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਡਭਾਗੀ ਸਮਝਦਾ। ਤੋ ਅੱਜ ਬੜਾ ਸਕੂਨ ਮਿਲਿਆ, ਮਹਾਰਾਜ ਦੇ ਦਰਸ਼ਨ ਹੋਏ ਸਵੇਰੇ ਸਵੇਰੇ। ਗੁਰਪੁਰਬ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਰਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਿਆਂ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ। ਹਰ ਇਨਸਾਨ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਡਭਾਗੀ ਸਮਝਦਾ। ਤੋ ਅੱਜ ਬੜਾ ਸਕੂਨ ਮਿਲਿਆ, ਮਹਾਰਾਜ ਦੇ ਦਰਸ਼ਨ ਹੋਏ ਸਵੇਰੇ ਸਵੇਰੇ।